ਜਦੋਂ ਮਿਹਰ ਕਰਨ ਤੇ ਆਉਂਦੇ ਨੇ ਨਾ, ਜਦੋਂ ਮਹਾਂਪੁਰਖਾਂ ਦੀ ਕਿਰਪਾ ਹੁੰਦੀ ਹੈ, ਮਿਹਰ ਹੁੰਦੀ ਹੈ ਨਾ, ਤੇ ਫਿਰ ਬੰਜਰਾਂ ਨੂੰ ਵੀ ਭਾਗ ਲਾ ਦਿੰਦੇ ਨੇ। ਸਾਧੂ ਕੀ ਮਹਿਮਾ ਵੇਦ ਨਾ ਜਾਣੇ। ਜਦੋਂ ਮਿਹਰ ਕਰਨ ਤੇ ਆਉਂਦੇ ਨੇ, ਜਦੋਂ ਬਖਸ਼ਿਸ਼ ਕਰਨ ਤੇ ਆਉਂਦੇ ਨੇ ਨਾ, ਤੇ ਫਿਰ 12-12 ਸਾਲ ਦੇ ਡੁੱਬਿਆਂ ਦੇ ਬੇੜੇ ਵੀ ਤਾਰ ਦਿੰਦੇ ਨੇ। ਜਦੋਂ ਕਿਰਪਾ ਕਰਨ ਤੇ ਆਉਂਦੇ ਨੇ, ਬਖਸ਼ਿਸ਼ ਕਰਨ ਤੇ ਆਉਂਦੇ ਨੇ, ਬਖਸ਼ਿਸ਼ ਉੱਥੇ ਹੀ ਹੁੰਦੀ ਹੈ ਜਿਨ੍ਹਾਂ ਦੀ ਸੁਰਤੀ, ਜਿਨ੍ਹਾਂ ਦੀ ਬਿਰਤੀ ਪਰਮਾਤਮਾ ਦੇ ਵਿੱਚ, ਪਰਮਾਤਮਾ ਦੀ ਰਜ਼ਾ ਦੇ ਵਿੱਚ, ਪਰਮਾਤਮਾ ਦੇ ਭਾਣੇ 'ਚ ਰਹਿੰਦੀ ਹੈ, ਉੱਥੇ ਫਿਰ ਮਿਹਰਾਂ ਦੇ ਮੀਂਹ ਵਰਸਦੇ ਨੇ, ਬਖਸ਼ਿਸ਼ਾਂ ਦੇ ਬਖਸ਼ਿਸ਼ਾਂ ਹੁੰਦੀਆਂ ਨੇ, ਕਰਮ ਨਿਵਾਜ਼ਦੀਆਂ ਹੁੰਦੀਆਂ ਨੇ। ਇਨਸਾਨ ਦੀ ਜ਼ਿੰਦਗੀ ਦੇ ਵਿੱਚ ਇਨਸਾਨ ਦਾ ਇਨਸਾਨ ਦੇ ਨਾਲ ਸਾਥ, ਇਨਸਾਨ ਦਾ ਇਨਸਾਨ ਦੇ ਨਾਲ ਸਾਥ, ਇਨਸਾਨ ਦਾ ਇਨਸਾਨ ਨਾਲ ਰਿਸ਼ਤਾ ਸਿਰਫ ਤੇ ਸਿਰਫ ਕਬਰਾਂ ਤੱਕ। ਉਹ ਤੋਂ ਬਾਅਦ ਉੱਥੇ ਅਮਲਾਂ ਦੇ ਹੋਣਗੇ ਨਵੇੜੇ, ਕਿਸੇ ਨਾ ਤੇਰੀ ਜ਼ਾਤ ਵਿੱਚ। ਠੱਗੀ ਮਾਰ ਮਾਰ ਮਾਇਆ ਇਕੱਠੀ ਕਰਦਾ, ਧੀਆਂ ਪੁੱਤਾਂ ਲਈ ਜਿਉਣਾ ਅਤੇ ਮਰਦਾ। ਠੱਗੀ ਮਾਰ ਮਾਰ ਮਾਇਆ ਇਕੱਠੀ ਕਰਦਾ, ਧੀਆਂ ਪੁੱਤਾਂ ਲਈ ਜਿਉਣਾ ਅਤੇ ਮਰਦਾ। ਅੰਤ ਵੇਲੇ ਕਿਸੇ ਨੇ ਨਾ ਹਾਮੀ ਭਰਨੀ, ਕਾਲ ਤੋਂ ਛਡਾਉਣਾ ਨਹੀਂ। ਰੰਗਲੇ ਮਨਾਰਿਆਂ 'ਚ ਸਦਾ ਬੰਦਿਆ, ਲੰਮੀਆਂ ਤਾਣ ਸੌਣਾ ਨਹੀਂ। ਰੰਗਲੇ ਮਨਾਰਿਆਂ 'ਚ ਸਦਾ ਬੰਦਿਆ, ਲੰਮੀਆਂ ਤਾਣ ਸੌਣਾ ਨਹੀਂ। ਮਿੱਟੀ ਦੀ ਢੇਰੀ ਦੇ ਵਾਂਗੂ ਤਨ ਬਣ ਜਾਓ, ਜਦੋਂ ਰਹੀ ਜਾਨ ਨਾ ਮੁੜਨੇ ਪ੍ਰਾਣ ਨਾ। ਮਿੱਟੀ ਦੀ ਢੇਰੀ ਦੇ ਵਾਂਗੂ ਤਨ ਬਣ ਜਾਓ, ਜਦੋਂ ਰਹੀ ਜਾਨ ਨਾ ਮੁੜਨੇ ਪ੍ਰਾਣ ਨਾ। ਅੱਜ ਤੇਰੇ ਅੱਗੇ ਪਿੱਛੇ ਫਿਰਦੇ ਜਿਹੜੇ, ਕਿਸੇ ਨੇ ਕੰਮ ਆਉਣਾ ਨਹੀਂ। ਰੰਗਲੇ ਮਨਾਰਿਆਂ 'ਚ ਸਦਾ ਬੰਦਿਆ, ਲੰਮੀਆਂ ਤਾਣ ਸੌਣਾ। ਸੋ ਗੁਰੂ ਦੇ ਪਿਆਰਿਓ, ਜਿਵੇਂ ਇੱਕ ਮੱਛਲੀ ਦਾ ਜੀਵਨ ਪਾਣੀ ਹੈ ਨਾ, ਇੱਕ ਮੱਛੀ ਦਾ ਜੀਵਨ ਜਿਵੇਂ ਪਾਣੀ ਹੈ ਨਾ, ਇੱਕ ਮੱਛਲੀ ਜਿਵੇਂ ਪਾਣੀ ਬਿਨਾਂ ਨਹੀਂ ਨਾ ਰਹਿ ਸਕਦੀ, ਤੇ ਗੁਰੂ ਦੇ ਪਿਆਰਿਆ ਤੂੰ ਬਾਬੇ ਦੀ ਬਾਣੀ ਬਿਨਾਂ ਕਿਵੇਂ ਰਹਿ ਸਕਦਾ। ਤੂੰ ਗੁਰੂ ਸਾਹਿਬ ਦੀ ਬਾਣੀ ਤੋਂ ਬਿਨਾਂ ਕਿਵੇਂ ਰਹਿ ਸਕਦਾ। ਇੱਕ ਮੱਛੀ ਦਾ ਜੋ ਜੀਵਨ ਹੈ ਉਹ ਪਾਣੀ ਹੈ, ਤੇ ਇੱਕ ਗੁਰੂ ਦੇ ਪਿਆਰੇ ਦਾ ਜੋ ਜੀਵਨ ਹੈ ਉਹ ਗੁਰੂ ਦੀ ਬਾਣੀ ਹੈ। ਸੋ ਆਪ ਵੀ ਨਾਮ ਜਪੋ, ਆਪਣੇ ਬੱਚਿਆਂ ਨੂੰ ਵੀ, ਆਪਣੇ ਪਰਿਵਾਰਾਂ ਨੂੰ ਵੀ ਗੁਰੂ ਦੇ ਲੜ ਲਾਓ, ਨਸ਼ਿਆਂ ਤੋਂ ਦੂਰ ਰਹਿ ਕੇ ਆਪਣੇ ਜੀਵਨ ਨੂੰ, ਨਸ਼ਿਆਂ ਦਾ ਤਿਆਗ ਕਰਕੇ ਆਪਣੇ ਜੀਵਨ ਨੂੰ
ਸੁੱਚਾ ਤੇ ਸਮੁੱਚਾ ਬਣਾਓ, ਆਪਣੇ ਜੀਵਨ ਨੂੰ ਸੇਵਾ ਦੇ, ਨੇਕੀਆਂ ਦੇ, ਚੰਗੇ ਕਰਮਾਂ ਦੇ, ਗੁਰੂ ਦੇ ਲੇਖੇ ਲਓ। ਕਿਉਂ? ਕਿਉਂਕਿ ਪਹਿਲਾਂ ਵੀ ਕਹਿ ਕੇ ਹਟਿਆ ਕਿ ਇਹ ਮਨੁੱਖੀ ਜਾਮਾ ਬੜਾ ਔਖਾ ਮਿਲਿਆ। ਅਸੀਂ ਬਾਹਰ ਜੂਨਾ ਵੇਖਦੇ ਹਾਂ ਨਾ, ਵੇਖਦੇ ਹਾਂ ਨਾ ਕਿੰਨੀਆਂ ਜੂਨਾਂ ਸਾਡੇ ਸਾਹਮਣੇ ਨੇ, ਕਿਤੇ ਸੱਪ ਦੀ ਜੂਨ ਹੈ, ਕਿਤੇ ਦਰਵੇਸ਼ ਦੀ ਜੂਨ ਹੈ, ਕਿੰਨੀਆਂ ਜੂਨਾਂ ਨੇ। ਗੁਰੂ ਦੇ ਪਿਆਰਿਓ, ਸਰੀਰ ਬਦਲੀ ਜਾਂਦਾ, ਸਰੀਰ ਨਵਾਂ, ਹਰ ਜੂਨੀ ਦੇ ਵਿੱਚ ਸਰੀਰ ਬਦਲੀ ਜਾਂਦਾ, ਸਰੀਰ ਨਵਾਂ ਮਿਲੀ ਜਾਂਦਾ, ਪਰ ਜਿਹੜਾ ਵਿੱਚ ਬੈਠਾ, ਜਿਹੜਾ ਵਿੱਚ ਬੈਠਾ ਭੌਰ ਹੈ ਨਾ, ਜਿਹੜਾ ਵਿੱਚ ਬੈਠੀ ਰੂਹ ਹੈ ਨਾ, ਉਹ ਬੜੀ ਪੁਰਾਣੀ ਹੈ, ਜਿਹੜੀ ਜਨਮਾਂ ਜਨਮਾਂ ਤੋਂ ਇਸ 84 ਦੇ ਗੇੜ ਦੇ ਵਿੱਚ ਘੁੰਮਦੀ ਆ ਰਹੀ ਹੈ। ਇਹ 84 ਦੇ ਗੇੜ ਦੇ ਵਿੱਚ ਘੁੰਮਦੀ ਆਉਂਦੀ ਹੈ। ਇੱਕ ਛੋਟਾ ਜਿਹਾ ਬੱਚਾ, ਜਿਸ ਬੱਚੇ ਨੂੰ ਦੁਨੀਆਦਾਰੀ ਦੀ ਹਲੇ ਪਹਿਚਾਣ ਨਹੀਂ, ਜਿਸ ਬੱਚੇ ਨੂੰ ਤੇਰ ਮੇਰ ਦਾ ਨਹੀਂ ਪਤਾ, ਜਿਸ ਬੱਚੇ ਨੂੰ ਮੈਂ ਮੇਰੀ ਦਾ ਨਹੀਂ ਪਤਾ, ਉਹ ਬੱਚਾ ਕੈਂਸਰ ਦੇ ਨਾਲ ਪੀੜਿਤ, ਤੇ ਸੋਚ ਕੇ ਵੇਖੋ ਬਾਬਾ ਜੀ, ਇਹ ਜਿਹੜਾ ਮਨੁੱਖੀ ਜਾਮਾ ਉਹਨੂੰ ਮਿਲਿਆ, ਇਸ ਜਾਮੇ ਦੇ ਵਿੱਚ ਉਹਨੇ ਕੋਈ ਗੁਨਾਹ ਤਾਂ ਕੀਤਾ ਹੀ ਨਹੀਂ ਹੋਊਗਾ, ਕਿਉਂਕਿ ਬੱਚਾ ਹੈ। ਤੇ ਸੋਚ ਕੇ ਵੇਖੋ, ਐਡੀ ਭਿਆਨਕ ਬਿਮਾਰੀ ਦੇ ਨਾਲ ਪੀੜਤ ਹੈ। ਇਹ ਮਸਲਾ ਕੀ ਹੈ, ਰੌਲਾ ਕੀ ਹੈ? ਸਰੀਰ ਨਵਾਂ ਆ ਗਿਆ, ਪਰ ਜਿਹੜਾ ਵਿੱਚ ਜੀਵ ਬੈਠਾ ਹੈ ਨਾ, ਸਰੀਰ ਨਵਾਂ ਆ ਗਿਆ, ਜਿਹੜਾ ਵਿੱਚ ਜੀਵ ਬੈਠਾ ਹੈ ਨਾ, ਉਹ ਬੜਾ ਪੁਰਾਣਾ। ਜਿੰਨਾ ਚਿਰ ਪੂਰਨ ਗੁਰੂ ਦੀ ਸ਼ਰਨ ਦੇ ਵਿੱਚ ਜਾ ਕੇ, ਜਿੰਨਾ ਚਿਰ ਪੂਰਨ ਗੁਰੂ ਦੀ ਕਿਰਪਾ, ਗੁਰੂ ਦੀ ਬਖਸ਼ਿਸ਼ ਨਹੀਂ ਨਾ ਹੁੰਦੀ, ਉਹਨਾਂ ਚਿਰ ਇਸ ਜੀਵ ਦਾ ਨਿਬੇੜਾ ਨਹੀਂ ਹੋਣਾ। ਪੈਦਾ ਹੋ ਹੀ ਜਾਣਾ, ਮਿੱਟੀ ਜਾਣਾ, ਇੱਕ ਜੂਨ ਭੋਗ ਕੇ ਹਟਿਆ, ਦੂਜੀ ਭੋਗ ਕੇ ਹਟਿਆ, ਤੀਜੀ ਚ ਆ ਗਿਆ, ਇੱਥੇ ਹੀ ਘੁੰਮਦਾ ਫਿਰਦਾ। ਸਰੀਰ ਬਦਲਦੇ ਨੇ, ਜੂਨ ਬਦਲਦੀ ਹੈ, ਪਰ ਜਿਹੜਾ ਵਿੱਚ ਉਹ ਜੀਵ ਬੈਠਾ ਹੈ ਨਾ, ਉਹ ਬੜਾ ਪੁਰਾਣਾ ਹੈ, ਉਹਦਾ ਉਨਾ ਚਿਰ ਨਿਬੇੜਾ ਨਹੀਂ ਹੋਣਾ ਜਿੰਨਾ ਚਿਰ ਗੁਰੂ ਦੀ ਬਖਸ਼ਿਸ਼, ਗੁਰੂ ਦੀ ਮਿਹਰ, ਗੁਰੂ ਦੀ ਕਿਰਪਾ, ਪੂਰਨ ਗੁਰੂ ਦੇ ਚਰਨਾਂ ਦੇ ਵਿੱਚ ਜਾ ਕੇ ਆਪਣਾ ਜੀਵਨ ਗੁਰੂ ਦੇ ਲੇਖੇ ਨਹੀਂ ਲਾਉਂਦਾ। ਪਾਪ ਦੇ ਨਾਲ ਕਮਾਇਆ ਰੁਪਈਆ, ਜਦੋਂ ਹੱਕ ਤੇ ਸੱਚ ਦੇ ਰੁਪਈਆਂ ਦੇ ਵਿੱਚ ਰੱਖਿਆ ਜਾਂਦਾ ਹੈ ਨਾ,
ਤੇ ਹੱਕ ਤੇ ਸੱਚ ਦੀ ਕਮਾਈ ਨੂੰ ਵੀ ਲੈ ਵਹਿੰਦਾ। ਪਾਪ ਨਾਲ ਕਮਾਇਆ, ਪਾਪ ਦੇ ਨਾਲ ਕਮਾਈ ਮਾਇਆ, ਨੇਕੀ ਦੀ ਮਾਇਆ ਨੂੰ ਵੀ ਲੈ ਕੇ ਚਲੀ ਜਾਂਦੀ ਹੈ। ਅਸੀਂ ਦੁੱਖ ਭੋਗਦੇ ਹਾਂ, ਪਤਾ ਕਿਉਂ? ਇਹ ਦੁੱਖ ਕਿਉਂ ਨੇ, ਇਹ ਸੰਕਟ ਕਿਉਂ ਨੇ, ਇਹ ਕਸ਼ਟ ਕਿਉਂ ਨੇ? ਕਿਉਂਕਿ ਬੰਦਾ 24 ਘੰਟੇ ਦੇ ਵਿੱਚ, 24 ਘੰਟੇ ਦੇ ਵਿੱਚ ਹਰ ਇੱਕ ਲਈ ਸਮਾਂ ਕੱਢ ਲੈਂਦਾ। ਪਰ ਜਿਸ ਮਾਲਕ ਨੇ, ਜਿਸ ਸੱਚੇ ਦਾਤਾ ਨੇ, ਉਸ ਅਕਾਲ ਪੁਰਖ ਵਾਹਿਗੁਰੂ ਨੇ ਜੋ ਜੀਵਨ ਦਿੱਤਾ ਹੈ, ਜੋ ਸਵਾਸਾਂ ਦੀ ਪੂੰਜੀ ਦਿੱਤੀ ਹੈ, ਉਹਦਾ ਨਾਮ ਜਪਣ ਦੇ ਲਈ, ਉਹਦੇ ਦਰ ਦੀ ਸੇਵਾ ਕਰਨ ਦੇ ਲਈ ਮਨੁੱਖ ਕੋਲ ਸਮਾਂ ਨਹੀਂ ਹੈ। 3 ਘੰਟੇ ਦੀ ਫਿਲਮ ਤੇ ਦੇਖ ਸਕਦਾ, 3 ਘੰਟੇ ਦੀ ਫਿਲਮ ਤੇ ਦੇਖ ਸਕਦਾ, ਪਰ 3 ਘੰਟੇ ਦਾ ਚੌਂਕੜਾ ਨਹੀਂ ਉਹਦੇ ਨਾਂ ਤੇ ਲਾ ਸਕਦਾ। ਜਦੋਂ ਗੱਲ ਚੌਂਕੜੇ ਦੀ ਆਉਂਦੀ ਹੈ ਨਾ, ਫਿਰ ਕਹਿਣ ਲੱਗ ਜਾਂਦਾ, ਮਨ ਨਹੀਂ ਟਿਕਦਾ, ਚੌਂਕੜੇ ਲੱਗੇ ਨੂੰ ਨੀਂਦ ਆਉਂਦੀ ਹੈ, ਮਨ ਭਟਕਦਾ। ਭਾਈ, ਮਨ ਓਨਾ ਚਿਰ ਭਟਕਦਾ ਰਹੂਗਾ ਜਿੰਨਾ ਚਿਰ ਇਹ ਮਨ ਰੂਪੀ ਭਾਂਡੇ ਦੇ ਵਿੱਚ ਉਸ ਮਾਲਕ ਦੇ ਨਾਮ ਦਾ ਜਿਹੜਾ ਪਦਾਰਥ ਹੈ ਉਹ ਪੱਕਦਾ ਨਹੀਂ। ਇਹ ਮਨ ਇੱਕ ਭਾਂਡੇ ਦੀ ਤਰ੍ਹਾਂ ਹੈ, ਇਹ ਭਾਂਡਾ ਹੀ ਹੈ, ਇਹ ਮਨ ਵੀ ਇੱਕ ਭਾਂਡਾ ਹੀ ਹੈ। ਇੱਕ ਥਾਂ ਤੇ ਪਹਿਲਾਂ ਵੀ ਕਹੀ ਸੀ ਗੱਲ ਕਿ ਬਹੁਤ ਬਹੁਤ ਮੇਰੇ ਵੀਰ, ਮੇਰੀਆਂ ਮਾਮਾ ਭੈਣਾਂ ਕਹਿ ਦਿੰਦੀਆਂ ਨੇ ਕਿ ਚੌਂਕੜਾ ਲਾਉਂਦੇ ਆ, ਬਹਿਣ ਨੂੰ ਜੀ ਕਰਦਾ ਪਰ ਮਨ ਨਹੀਂ ਲੱਗਦਾ। ਉਹ ਭਾਈ, ਮਨ ਉਦੋਂ ਲੱਗੂਗਾ ਜਦੋਂ ਇਹ ਮਨ ਰੂਪੀ ਭਾਂਡਾ ਖਾਲੀ ਹੋ ਗਿਆ। ਜਿਹੜਾ ਬਰਤਨ ਪਹਿਲਾਂ ਹੀ ਭਰਿਆ ਹੋਇਆ, ਜੇ ਉਹਦੇ ਵਿੱਚ ਕੁਛ ਪਾਉਣਾ ਤੇ ਉਹਨੇ ਡੁੱਲਣਾ ਹੀ ਹੈ। ਮਨ ਵੀ ਇੱਕ ਉਸ ਭਾਂਡੇ ਦੀ ਤਰ੍ਹਾਂ, ਜਦੋਂ ਇਸ ਮਨ ਰੂਪੀ ਭਾਂਡੇ ਦੇ ਵਿੱਚੋਂ ਹਉਮੈ ਹੰਕਾਰ, ਮੈਂ ਮੇਰੀ, ਈਰਖਾ, ਨਿੰਦਿਆ, ਚੁਗਲੀ, ਅਹੰਕਾਰ, ਕ੍ਰੋਧ, ਇਹਨਾਂ ਚੀਜ਼ਾਂ ਦਾ ਇਸ ਮਨ ਰੂਪੀ ਭਾਂਡੇ 'ਚੋਂ ਜਦੋਂ ਤਿਆਗ ਹੋ ਗਿਆ, ਫਿਰ ਜਦੋਂ ਇਸ ਮਨ ਰੂਪੀ ਭਾਂਡੇ ਦੇ ਵਿੱਚ ਨਾਮ ਦਾ ਪਦਾਰਥ ਪਾਵੇਂਗਾ, ਫਿਰ ਹਮੇਸ਼ਾ ਲਈ ਇਹ ਪਦਾਰਥ ਇਸ ਭਾਂਡੇ 'ਚ, ਇਸ ਮਨ ਰੂਪੀ ਭਾਂਡੇ 'ਚ ਪੱਕਦਾ ਰਹਿਣਾ। ਔਰ